ਕੀ ਹਾਲ ਚਾਲ ਆ? ਠੀਕ ਠਾਕ, ਉਮੀਦ ਆ ਤੁਸੀਂ ਠੀਕ ਠਾਕ ਹੋਵੋਗੇ। ਬਸ ਅੱਜ ਇੱਕ ਕੰਮ ਜਾ ਰਹੇ ਹਾਂ ਅਤੇ ਵਾਪਸੀ ਜਾਂਦੇ ਹੋਏ ਜਿਹੜਾ ਵਾ ਆਪਣੇ ਚੱਕਰ ਵੀ ਹੋ ਕੇ ਆਵਾਂਗਾ ਅਤੇ ਹਜੇ ਸ਼ਹਿਰ ਵਿੱਚ ਹੀ ਹਾਂ, ਕਚਹਿਰੀਆਂ ਬਾਜ਼ਾਰ ਗੁਜ਼ਰ ਰਿਹਾ ਵਾਂ। ਗੱਡੀ ਵਾਲੇ ਦਾ ਕੰਮ ਦੇਖਿਆ ਤੁਸੀਂ, ਫੁੱਲ ਹੀ ਸਪੀਡ ਨਾਲ ਆ ਰਿਹਾ। ਅਤੇ ਸਾਡੇ ਨਾਲ ਜੁੜੇ ਰਹੋ, ਇਨਸ਼ਾਅੱਲਾ ਸਾਡੀ ਵੀਡੀਓ ਦੇਖਣ ਦਾ ਮਜ਼ਾ ਆਏਗਾ। ਆ ਪੇਂਟਿੰਗ ਨਵੀਂ ਹੋਈ ਕੀਤੀ ਆ ਨਾ ਕਲੱਬ ਰੋਡ ਦੇ ਉੱਤੇ, ਦੇਖੋ ਕਿਹੜਾ ਪਿਆਰਾ ਮੰਜ਼ਰ। ਇਧਰ ਤਾਂ ਈਦ ਨੂੰ ਵੀ ਰਹਿ ਗਿਆ 2-3 ਦਿਨ ਬਜੇ, ਅੱਜ ਹਫ਼ਤਾ ਵਾ ਅਤੇ ਐਤਵਾਰ ਸੋਮਵਾਰ ਨੂੰ ਈਦ ਆ। ਇਨਸ਼ਾਅੱਲਾ ਈਦ ਵਾਲੇ ਦਿਨ ਵੀ ਵਲੌਗ ਬਣਾਵਾਂਗੇ ਕੁਰਬਾਨੀ ਦਾ ਵੀ ਅਤੇ ਦਿਖਾਵਾਂਗੇ ਤੁਹਾਨੂੰ। ਮਸਜਿਦ ਦੇਖੋ ਕੈਸੀ ਪਿਆਰੀ ਬਣੀ ਹੈ, ਨਵੀਂ ਬਣੀ ਹੈ ਕਿਨਾਰ ਰੋਡ 'ਤੇ। ਇਸ ਨਜ਼ਦੀਕ ਆ ਵੀਵਰਸ, ਜਿਹੜੇ ਚੱਕਾਂ ਦੇ ਲੋਕ ਆ ਨਾ ਖਰੀਦੋ ਫਰੋਖਤ ਵਾਸਤੇ ਫਰੂਟ ਸ਼ਰੂਟ ਖਰੀਦ ਰਹੇ ਆ, ਲੇਕਿਨ ਇੰਨੀ ਗਰਮੀ ਵਿੱਚ ਇੰਨਾ ਐਡਵਾਂਸ ਫਰੂਟ ਜਿਹੜਾ ਵਾ ਨਾ ਉਹ ਵੀ ਖਰਾਬ ਹੀ ਹੋ ਜਾਂਦਾ ਵਾ। ਇੱਧਰਲੀ ਸਾਈਡ 'ਤੇ ਬੱਕਰਾ ਮੰਡੀ ਦੂਰ ਆ, ਲੇਕਿਨ ਫਿਰ ਵੀ ਆ ਦੇਖੋ ਬੱਕਰੇ ਲੈ ਕੇ ਕੁਰਬਾਨੀ ਦੇ ਵੇਚਣ ਵਾਸਤੇ ਖੜ੍ਹੇ ਆ। ਨਾਲ ਉਹਨਾਂ ਨੇ ਪੱਠੇ ਵੀ ਰੱਖੇ ਹੋਏ ਆ, ਨਾਲ ਬੱਕਰੇ ਵੀ ਆ। ਬੱਕਰਿਆਂ ਦੀ ਜੇ ਮਾਰਕੀਟ ਆ, ਸੋਰੀ ਦੇਖੋ ਤਾਂ ਏਡੀ ਤੇਜ਼ ਨਹੀਂ ਹੈਗੀ ਕਿਸੇ ਇਲਾਕੇ ਵਿੱਚ, ਸਾਡੇ ਇਲਾਕੇ ਵਿੱਚ ਏਡੀ ਤੇਜ਼ ਨਹੀਂ ਹੈਗੀ। ਇੱਥੋਂ ਕਿ ਉਹ ਗੱਡੀ 'ਚ ਪੈਟਰੋਲ ਹੈ ਨਹੀਂ ਗਾ, ਪੈਟਰੋਲ ਦਿੰਦੇ ਹਾਂ, ਉਸ ਤੋਂ ਬਾਅਦ ਆਪਣੇ ਮਿਸ਼ਨ 'ਤੇ ਨਿਕਲਦੇ ਹਾਂ। ਸਰਦਾਈ ਵਾਲੇ ਸ਼ਹਿਰ ਦੇ ਵਿੱਚ ਵੀਵਰਸ ਆਏ ਹੋਏ ਆ ਦੇਖੋ, ਆ ਸ਼ਹਿਰ ਦੇ ਨਿਕਲਦੇ ਹਾਂ ਨਾ, ਇੱਕ ਪਲਾਟ ਖਾਲੀ ਆ ਅਤੇ ਉੱਥੇ ਉਹਨਾਂ ਨੇ ਆ ਕੇ ਆਪਣਾ ਲਾਇਆ ਹੋਇਆ ਅੱਡਾ ਵਗੈਰਾ। ਈਦ ਉੱਤੇ ਲੋਕ ਕਾਫੀ ਸਰਦਾਈ ਪੀਣਗੇ ਕਿਉਂਕਿ ਗੋਸ਼ਤ ਖਾਧਾ ਹੋਊਗਾ ਨਾ ਗਰਮ, ਅਤੇ ਉਸ ਤੋਂ ਬਾਅਦ ਠੰਡੇ ਹੋਣ ਵਾਸਤੇ ਸਰਦਾਈ ਜਿਹੜਾ ਵਾ ਲਾਜ਼ਮੀ ਪੀਣਗੇ। ਪੈਟਰੋਲ ਲੈਣਾ ਵਾ, ਉੱਥੋਂ ਪਾਉਂਦੇ ਪੈਟਰੋਲ। ਇੱਥੇ ਵੀ ਸਾਡੇ ਨਾਲ ਦੀ ਇੱਕ ਆਂਟੀ ਲਿਆਨਾ ਖੜ੍ਹੀ ਹੈ ਵੀਵਰਸ, ਪਾਉਂਦੇ ਪੈਟਰੋਲ ਤਾਂ ਫਿਰ ਉਸ ਤੋਂ ਬਾਅਦ ਚੱਲਦੇ ਹਾਂ। ਲਓ ਜੀ ਵੀਵਰਸ, ਕੰਮ ਕਾਰ ਕਰਕੇ ਚੱਕ ਆ ਗਿਆ ਜਿਹੜਾ ਜਿੱਥੇ ਜਾਣਾ ਸੀਗਾ, ਅਤੇ ਆਇਆ ਵਾਂ ਜਿੱਥੇ ਉਦਣ ਸਪਰੇਅ ਕਰਾਈ ਸੀ ਢੋਲੇ ਕੋਲ ਨਾ ਗਲੈਸੋਫਿਟ FH 333। ਸਾਨੂੰ ਘਾਹ ਦਿਖਾਉਣਾ ਵਾ, ਢੋਲਾ ਵੀ ਮੇਰੇ ਨਾਲ ਆ,
ਕੱਲ੍ਹ ਇਹਨੂੰ ਮੈਂ ਫੋਨ ਉੱਤੇ ਪੁੱਛਦਾ ਸੀ, ਮੈਨੂੰ ਦੱਸਦਾ ਸੀ ਅਤੇ ਮੈਂ ਕਿਉਂਕਿ ਦਵਾਈ ਮੈਂ ਪਾਈ ਸੀ 250, ਬੰਦੇ ਕਹਿੰਦੇ ਸੀ ਨਹੀਂ 300 ਪਾ ਕੇ ਕਰਨੀ ਆ। ਮੈਂ ਕਿਹਾ ਸ਼ਾਇਦ ਹਜੇ ਨਾ ਉਹ ਕੋਈ ਨਾ ਅਸਰ ਕੀਤਾ ਹੋਵੇ, ਤੁਹਾਨੂੰ ਦਿਖਾਉਣਾ ਵਾ ਘਰ ਬੀਜ ਆ ਵੀ ਮਜ਼ਾ ਹੀ ਇਹਦਾ ਵਾ। ਕਿਉਂ ਢੋਲਾ ਨਾ ਕੋਈ ਪਰੇਸ਼ਾਨੀ ਨਾ ਕੋਈ ਗੱਲ ਨਾ, ਦੇਖੋ ਜੀ ਸੌਂ ਜਾਓ। ਆ ਮਜ਼ੀਦ ਹੋਰ ਇਹਨੇ ਸੁੱਕ ਜਾਣਾ, ਅੱਲਾ ਖੈਰ ਕਰੇ। ਵੈਸੇ 5-6 ਦਿਨ ਦਾ ਪੀਰੀਅਡ ਹੁੰਦਾ ਵਾ, ਹਜੇ ਅਜੇ 4 ਦਿਨ ਹੋਏ ਆ ਤਕਰੀਬਨ। ਇੱਥੋਂ ਤਾਂ ਇੱਟ ਸਿੱਟ ਦਾ ਸਿਰ ਚਲ ਗਿਆ, ਸਵਾਂਕੀ ਘਾਹ ਖੜਾ ਨਾ ਸਹੀ ਆ, ਪੀਲਾ ਤਾਂ ਪੈ ਗਿਆ ਹੈ ਵੀ, ਭੈੜਾ ਪੈ ਗਿਆ ਵਾ, ਸੁੱਕ ਜਾਏਗਾ ਇਹ। ਵੇਖੋ ਹੁਣ ਪਹਿਲੇ ਘਾਹ ਨਜ਼ਰ ਆਉਂਦਾ, ਹੁਣ ਇਕੱਲੀ ਕਪਾਹ ਵਿੱਚ ਨਜ਼ਰ ਆ ਰਹੀ ਆ, ਐਨ ਬਿਲਕੁਲ ਸੁੱਕ ਗਿਆ ਵਾ। ਇਸ ਉਸ ਪਲਾਟ ਵਿੱਚ ਵੀ ਇੱਦਾਂ ਵਾ, ਇਹਦੇ ਵਿੱਚ ਵੀ ਇੱਦਾਂ ਹੀ ਆ। ਹਨ ਕਰੀਬ ਇਹ ਛੇਤੀ ਨਾਲ ਹੋਰ ਜਿਹੜਾ ਵਾ ਨਾ ਖਤਮ ਹੋ ਜਾਏਗਾ। ਲਓ ਜੀ ਦੋਸਤੋ, ਆਪਣੇ ਘਰ ਵਾਲੀ ਸਾਈਡ 'ਤੇ ਖੜ੍ਹਾ ਵਾਂ। ਆਹ ਦੇਖੋ ਇੱਧਰੋਂ ਬਿਲਕੁਲ ਖੜ੍ਹਾ ਸਿੱਧਾ ਆਉਂਦਾ, ਇੱਥੋਂ ਜਾ ਕੇ ਖੜ੍ਹਾ ਥੋੜ੍ਹਾ ਜੈਨ ਨੂੰ ਟਰਨ ਹੋ ਜਾਂਦਾ। ਇੱਥੇ ਜਿਹੜੇ ਜ਼ਮੀਨ ਵਾਲੇ ਆ ਜੀ, ਉਹਨਾਂ ਨੇ ਰਸਤਾ ਨਹੀਂ ਦਿੱਤਾ, ਉਹ ਕਹਿੰਦੇ ਜੀ ਇੱਧਰ ਨੂੰ ਤਾਂ ਉੱਧਰ ਨੂੰ। ਪਿੰਡ ਵਾਲਿਆਂ ਨੇ ਕਿਹਾ ਵੀ ਇੱਥੇ ਖੜ੍ਹਾ ਰੋਕਣਾ ਜਾਵੇ, ਉਹਦੀ ਵਜ੍ਹਾ ਤੋਂ ਉਹਨਾਂ ਨੇ ਥੋੜ੍ਹਾ ਜਿਹਾ ਕੁਆਸਾ ਕਰਕੇ ਲਗਾ ਦਿੱਤਾ, ਨਹੀਂ ਤਾਂ ਇੱਥੋਂ ਇੱਦਾਂ ਬਾਹਰਲੇ ਪਾਸੇ ਸਿੱਧਾ ਜਾਣਾ ਸੀ। ਇੱਧਰ ਘਰ ਵਾਲੀ ਸਾਈਡ 'ਤੇ ਮੈਂ ਹਾਂ, ਆਹ ਕਦਮ ਮੇਰੇ ਨੇ ਇੱਥੇ ਬੋਰ ਕਰਾਇਆ ਵਾ, ਟਿਊਬਵੈੱਲ ਚਲਾਉਣ ਵਾਸਤੇ ਸੋਲਰ ਲਾਇਆ ਹੋਇਆ, ਮੈਨੂੰ ਪਤਾ ਨਹੀਂ ਚਾਲੂ ਕਿੱਦਣ ਹੋਏਗਾ। ਬੜਾ 24 ਨੰਬਰ ਆ ਨਾ ਜਿੱਥੇ ਅਸੀਂ ਖਰਬੂਜ਼ਿਆਂ ਦੇ ਵਿੱਚ ਵੀ ਥੋੜ੍ਹੀ ਜਿਹੀ ਵੇਲਾਂ ਛੱਡੀਆਂ ਹੋਈਆਂ ਵਾ, ਉੱਥੇ ਕੱਲ੍ਹ ਗਲਾਸਫਰ ਦਾ ਸਪਰੇਅ ਕਰਾਇਆ ਵਾ ਅਤੇ ਕੰਮ ਕਾਰ ਅੱਲਾ ਕਰੇ ਹੁਣ ਚੱਕ ਵਾਲਾ ਮੁੱਕ ਗਿਆ, ਹੁਣ ਵਾਪਸ ਸ਼ਹਿਰ ਦੀ ਤਿਆਰੀ। ਅੱਜ ਮੈਂ ਆਇਆ ਵੀ ਗੱਡੀ 'ਤੇ। ਲਓ ਜੀ ਦੋਸਤੋ, ਸ਼ਹਿਰ ਆ ਗਿਆ ਸੀਗਾ, ਗੱਡੀ ਗੰਦੀ ਬੜੀ ਹੋਈ ਆ, ਇਹਦੀ ਸਰਵਿਸ ਕਰਵਾਉਂਦੇ ਹਾਂ ਜਾ ਕੇ, ਅਤੇ ਸਰਵਿਸ ਕਰਵਾਉਣ ਤੋਂ ਬਾਅਦ ਫਿਰ ਜਾਵਾਂਗੇ ਘਰ। ਬਾਜ਼ਾਰ ਦੇ ਵਿੱਚ ਰਸ਼ ਬੜਾ ਵਾ, ਫਸੇ ਪਏ ਹਾਂ ਬਾਜ਼ਾਰ ਵਿੱਚ ਨਾ। ਲਓ ਜੀ ਦੋਸਤੋ, ਸਰਵਿਸ ਸਟੇਸ਼ਨ 'ਤੇ ਪਹੁੰਚ ਗਏ, ਹੁਣ ਦੇਖੀਏ ਰਸ਼ ਕਿਹੜੇ 'ਤੇ ਲੱਗਾ ਹੋਇਆ ਅਤੇ ਕਿਹੜੇ 'ਤੇ ਨਹੀਂ ਲੱਗਾ ਹੋਇਆ, ਕਿਉਂਕਿ ਜਿਹੜਾ ਰਸ਼ ਨਾ ਹੋ ਉਹ ਤੋਂ ਸਰਵਿਸ ਕਰਵਾਉਣੀ ਆ ਆਪਾਂ। ਇੱਥੇ ਰਸ਼ ਨਹੀਂ ਹੈਗਾ, ਇੱਥੇ ਸਰਵਿਸ ਕਰਵਾਉਂਦੇ ਹਾਂ ਜੇ ਬੰਦੇ ਹੋਏ ਤਾਂ। ਲਓ ਜੀ ਲਓ ਜੀ ਵੀਰ, ਫਾਈਨਲੀ ਪਹੁੰਚ ਗਏ ਸਰਵਿਸ ਸਟੇਸ਼ਨ 'ਤੇ, ਸਰਵਿਸ 'ਤੇ ਗੱਡੀ ਖੜ੍ਹੀ ਕਰ ਦਿੱਤੀ ਹੈ, ਹੁਣ ਇਹ ਕਰਨਗੇ ਸਰਵਿਸ, ਆਪਾਂ ਬਾਹਰ ਖੜ੍ਹੇ ਵੇਟ ਕਰਦੇ ਹਾਂ। ਸੌਣ ਤੋਂ ਪਹਿਲੇ ਤੁਹਾਨੂੰ ਕੰਡੀਸ਼ਨ ਦਿਖਾਉਣਾ ਗੱਡੀ ਦੀ, ਕਿੱਦਾਂ ਲਿਬੜੀ ਪਈ ਹੈ, ਉਸ ਤੋਂ ਬਾਅਦ ਚੈੱਕ ਕਰਿਓ। ਗੱਡੀ ਸਰਵਿਸ ਕਰਕੇ ਮੈਂ ਕਿਤੇ ਕੰਮ ਚਲਾ ਗਿਆ ਸੀਗਾ ਅਤੇ ਉਹਨੇ ਧੁੱਪੇ ਖੜ੍ਹੀ ਕਰ ਦਿੱਤੀ, ਉੱਬਲ ਗਈ ਹੋਣੀ ਅੰਦਰੋਂ। ਫਾਈਨਲੀ ਗੱਡੀ ਸਰਵਿਸ ਹੋ ਗਈ ਆ, ਸਰਵਿਸ ਹੋਣ ਤੋਂ ਬਾਅਦ ਸਾਡਾ ਨਾ ਬਿਹਤਰੀਨ ਕਿਸਮ ਦੀ ਲੁੱਕ ਨਿਕਲ ਆਈ ਆ, ਹੁਣ ਗਰਮੀ ਬੜੀ, ਉਹਨਾਂ ਗੱਡੀ ਸਰਵਿਸ ਕਰਕੇ ਧੁੱਪੇ ਖੜ੍ਹੀ ਕਰਤੀ ਸੀ, ਮੈਂ ਕਿਤੇ ਚਲ ਗਿਆ, ਹੁਣ ਜਾ ਰਹੇ ਹਾਂ ਘਰ। ਇਨਸ਼ਾਅੱਲਾ ਤੁਹਾਨੂੰ ਸਾਡੀ ਛੋਟੀ ਜਿਹੀ ਵੀਡੀਓ ਅੱਛੀ ਲੱਗੀ ਹੋਈ, ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ। ਦੁਬਾਰਾ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ, ਅੱਲਾ ਹਾਫਿਜ਼।